بار میں آقا دی آمد و سلام تے وصل بلند صلوات پڑھو، اپنے آپ کلی نہ سمجھو، باواز بلند صلوات پڑھو، تکلیف نہ سمجھو بلکہ صلوات پڑھو، ابتدا اکتے تو، دنیا میں اپنا کوئی نہیں خدا تو ہے، دنیا میں اپنا کوئی نہیں خدا تو ہے، اپنا وسیلہ کوئی نہیں مصطفیٰ تو ہے، یاوار اگرچہ کوئی نہیں مرتضیٰ تو ہے، اپنی زمین کوئی نہیں کربلا تو ہے۔ بابا سے بلند صلوات پڑھو۔ تسا بہت بڑا مجمع تے بابا سے بلند تے سونی صلوات پڑھو تو میں ڈیوٹی شروع کروں۔ اعوذ باللہ من الشیطان الرجیم، بسم اللہ الرحمن الرحیم، الحمدللہ رب العالمین، الصلاۃ والسلام علی من کان نبیا وآدم بین الماء والتین، صاحب تاج والمیراج، سیدنا و شفیعنا ابی القاسم محمد محمد المصطفی اشرف الانبیاء والمرسلین، بلند صلوات وعلى وليي ومشيري وبارز علم الأولين والآخرين، علي أمير المؤمنين پاک علی دی ذات سونی صلوات، جنہ جنہ دا پاک علی امام او تا بابا سے بلند صلوات پڑھو۔ او آلا او سیدہ دل جلیلہ دل مغدومت مقدسہ او طاہرہ دل مطاہرہ او علمت الامیل صدیقہ دل کبر المدفونت سران والمغصوبات جاران، او سیدت النسائل عالمین سین دی ذات کی بند کر کے درود پڑھو۔ میری معظمت شان بہت بلند ہے، تاری سلوات جکی پاواز بلند سلوات پڑھو۔ او آلا حسن المزموم و علا حسین الغریب المقتول البیار و کربلا، لٹیاں تے دکھیاں بے زبرا جنا مستور ویر، وطن کیوں چھڑے دیں سیدادی آدی اکبر کو پرنا ہوا، وے سورا دی تانگ مٹا ہوا، وے فجر ٹر پویں میرے امت مہمان وی، سیدادی آدی اکبر کو پرنا ہوا، وے سورا دی تانگ مٹا ہوا، وے فجر ٹر پویں میرے امت مہمان وی، سیدہ دی آدی ویلے تا پکھی پرواز بن کر ویندنی، وے بھیڑ مار ونی کون این دیا شاہدیاں دا، لوگ آتے بند ہیں جڑے مسلح تے بہ کے رو دیا تے بند لکھ دیا، بڑا ادیبانہ بند ہے، انہاں دی محنت دا ایک بند پڑھدا پیا،
ਕੌ ਨੈਣ ਦੀਆਂ ਸ਼ਾਲਾਦੀਆਂ ਦਾ ਤੇ ਜਦਾਂ ਕੂਚ ਮਦੀਨਿਓ ਥੀਆ ਆਦੇ ਰਾਵੀ ਕੈ ਮੀਲਾਂ ਤਈ ਪਿਓ ਫਜ਼ਲ ਦਾ ਰੋਂਦਾਰ ਮੈਂ ਨੌਕਰ ਮੈਂ ਤਾਬੇਦਾਰ ਮੈਂ ਗੁਲਾਮ ਇਹ ਗੁਰਬਤ ਨਾ ਜਨਾਬ ਅਬਾਸ ਦੀ ਕੌ ਨੈਣ ਦੀਆਂ ਸ਼ਾਲਾ ਦੀਆਂ ਦਾ ਰਸ਼ਦੇ ਵਸਦਿਆਂ ਦਾ ਤੇ ਜਦਾਂ ਕੂਚ ਮਦੀਨਿਓ ਥੀਆ ਆਦੇ ਰਾਵੀ ਕੈ ਮੀਲਾ ਤਈ ਪਿਓ ਫਜ਼ਲ ਦਾ ਰੋਂਦਾਰੀਆ ਅੱਛਾ ਮੂੰਹ ਤੇ ਪਿਟਕੇ ਆਖੇ ਹਾਏ ਕਿਸਮਤੀ ਮੈਂ ਨੌਕਰ ਮੈਂ ਤਾਬੇਦਾਰ ਮੈਂ ਗੁਲਾਮ ਮੂੰਹ ਤੇ ਪਿਟਕੇ ਆਖੇ ਹਾਏ ਕਿਸਮਤੀ ਤੇ ਅੱਬਾਸ ਜਿਨੇ ਮਰ ਗਿਆ ਮੇਰੇ ਜੀਂਦਿਆ ਮੇਰੀਆਂ ਸੈਣੀ ਗੂੰ ਅੱਜ ਬਾਹਰ ਆਉਣਾ ਮੈਂ ਨੌਕਰ ਮੈਂ ਤਾਬੇਦਾਰ ਮੂੰਹ ਤੇ ਪਿਟਗੀ ਆਖੇ ਹਾਏ ਕਿਸਮਤੀ ਤੇ ਅੱਬਾਸ ਜਿੰਦੇ ਮਰ ਗਿਆ ਪਛੜੇ ਦਾ ਜਿਵੇਂ ਅੱਗੀ ਤੇ ਮਿਹਨਤ ਕਰ ਆਇਆ ਆਪਣੇ ਵਕਤ ਦੇ ਅੰਦਰ ਪੜਸਾਂ ਇੱਦਤ ਵਾਲੋ ਮਾਂ ਹੱਕਲ ਮਾਰੀ ਸੀ ਅੱਬਾ ਜਿਹਨਾਂ ਪੁਰਾਣੇ ਜਾ ਕੇ ਸੁਣੇ ਉਹਨਾਂ ਦੀ ਮਿਹਨਤ ਮੈਂ ਤਾਂ ਉਹਨਾਂ ਦੀ ਪੈਰਾਂ ਦੀ ਖਾਕ ਬਰਾਬਰ ਆ ਜੀ ਅੰਮਾ ਮੇਰਾ ਲਾਲਾ ਦੇ ਦਲਾ ਦਾ ਮੇਰੀ ਗਾਲ ਸੁਣ ਵਫਾ ਦਾ ਪਰਵਰਦਿਗਾਰ ਉੱਥਾ ਏ ਜਿੱਥਾ ਮੁਜਸਮੇ ਵਫਾ ਖੜੇ ਇਵੇਂ ਅਦਬ ਦਾ ਸਾਰ ਝੁਕਾ ਇਵੇਂ ਹੱਥ ਜੋੜ ਕੇ ਆਦੇ ਆਕਾ ਇਜਾਜ਼ਤ ਦੇ ਮੇਰੀ ਮਾਂ ਸਡੇ ਮੈਂ ਮਾਂ ਦੀ ਗਾਲ ਸੁਣਾਵਾ ਸਯਦਾ ਦੇ ਗਾਦੀ ਜਿਵੇਂ ਤੇਰੀ ਮਾਂ ਏ ਉਵੇਂ ਮੇਰੀ ਮਾਂ ਏ ਵਨ ਮਾਂ ਦੀ ਗਾਲ ਸੁਣਾ ਜਨਾਬ ਅੱਬਾਸ ਅੰਮਾ ਹੁਕਾਮ ਵਾਦੀਆ ਮੇਰੇ ਨਾਲ ਜੁਲ ਇਵੇਂ ਪੁੱਤਰ ਦਾ ਹੱਥ ਨੱਪਸ ਪਾਕ ਪੈਗੰਬਰ ਦੀ ਜ਼ਰੀਏ ਮੁਕੱਦਸ ਦੇ ਘਿੰਨਾਈ ਮੈਂ ਨੌਕਰ ਮੈਂ ਤਾਬੇਦਾਰ ਇਵੇਂ ਸਾਹਮਣੇ ਖਿੰਨਾਈ ਇਹ ਵਫਾ ਦੇ ਪਰਵਰਦਿਗਾਰ ਦੀ ਮਾਂ ਦੀ ਗੁਰਬਤ ਦੱਸੇ ਦਾ ਪਿਆ ਜਿਹੜੀ ਮਾਂ ਪੁੱਤਰ ਵਾਅਦੇ ਕੀਤੇ ਸੀ ਆਦੀ ਗਾਦੀ ਇਸ ਸਾਹਮਣੇ ਕਿਹਦਾ ਮਿਦਾਰੇ ਅੰਮਾ ਦੁਨੀਆਂ ਦੀ ਖੁੱਲੀ ਰਹਿਮਤ ਦਾ ਹਸਨੈਨ ਦੇ ਨਾਨੇ ਦਾ ਆਦੇ ਮੇਰਾ ਲਾਲ ਦੇ ਸਾਹਮਣੇ ਮੇਰੀ ਗਾਲ ਸੁਣ ਕੀਆ ਬੀਬੀ ਆਦੇ ਐ ਫਖਰ ਅਕੀਲ ਤੇ ਜਾ ਫਿਰਦਾ ਤੇ ਸੁਣ ਮਾਂ ਉਜੜੀ ਦੀ ਗਾਲੇ ਅੱਜ ਉਜਰਤ ਖੀਰ ਪਿਲਾਵਣ ਦੀ ਪਈਆਂ ਮੰਗਦੀਆਂ ਨਾਮ ਖੁਦਾ ਦੇ ਅੱਛਾ ਬੀਬੀਆ ਦੇ ਤੇਰੇ ਆਦਰੇ ਦੀ ਟੁਰੀ ਸਵਾਰ ਦਵੇਂ ਦੀ ਤੇ ਖਾਤੂਨ ਦੀ ਕੋਲੀ ਔਲਾਦ ਮੈਂ ਰੰਗ ਥੀਜ਼ਾ ਜੇ ਸਫਰਾਂ ਵਿੱਚ ਕੀਤਾ ਲਿਆ ਵਤਾਨ ਕੋ ਯਾਦ ਬਛੜੇ ਦਾ ਪੀਆਂ ਜੇ ਬਾਂਦ ਕੀਤੇ ਮਿਹਨਤ ਕਰ ਆਇਆ ਇੱਜ਼ਤ ਵਾਲੋ ਮਾਂ ਉਹਦੇ ਬੇਸਾਖਤਾ ਹੰਝੂ ਤੜ ਪਈਏ ਨਾਦੀ ਯਾਦ ਹੈ ਅੰਮਾ ਜਵਾਨ ਪੁੱਤ ਦੇ ਸਾਹਮਣੇ ਜ਼ਈਫਾ ਮਾਰ ਹੋਵੇ ਬਰਦਾਸ਼ਤ ਨਹੀਂ ਹੁੰਦਾ ਅੰਮਾ ਮੈਂ ਤੇਰਾ ਪੁੱਤਰਾਂ ਦੇ ਗਾਲੀ ਮੇਰੇ ਨਾਲ ਵਾਅਦਾ ਕਾਰੀ ਵੇਣਾ ਤੇ ਮਜਲਸਾਂ ਮੁਕਵੇ ਦੀ ਹੁੰਦੀਆਂ ਕੀ ਆ ਵਾਅਦਾ ਜਿਵੇਂ ਪੈਗੰਬਰ ਦੀ ਕਬਰ ਤੇ ਹੱਥ ਰੱਖ ਜਿਵੇਂ ਪੁੱਤਰ ਹੱਥਾਂ ਰੱਖ ਤਰਕਾ ਸੀ ਰੋ ਰੋ ਕੇ ਆ ਲਈਏ ਤੇਰੇ ਜੀਂਦਿਆ ਮੇਰਾ ਚੰਨ ਬਜੜਾ ਤੇ ਨਾ ਕੈਦ ਥੀ ਵੀ ਸ਼ਾਲਾਦੀ ਮੈਂ ਨੌਕਰ ਮੈਂ ਤਾਬੇਦਾਰ ਮੈਂ ਗੁਲਾਮ ਬੀਬੀਆਂ ਦੇ ਤੇਰੇ ਜੀਂਦਿਆ ਮੇਰਾ ਚੰਨ ਬਜੜਾ ਤੇ ਨਾ ਕੈਦ ਥੀ ਵੇ ਸ਼ਾਲਾਦੀ ਵਦਾ ਹਰ ਕੋਈ ਆਗ ਸੀ ਰੁਲ ਗਈ ਤੇ ਅੱਬਾਸ ਦੀ ਮੁਰਸ਼ਿਦ ਆਜ਼ਾਦੀ ਅੱਛਾ ਬੀਬੀਆਂ ਦੇ ਭੇਣ ਚਾ ਪਾਵੀ ਹੱਥ ਘੜੀ ਆਈ ਤਰਵਾਵੜਾ ਲਿਖਾ
आदे भेण जा पावे हाथ गड़िया ते नहीं रहा दी रोत फिरा दी ते गुलोग इरा कदे ताना दे जिनी तेरी मैं नहीं सैयद बीबिया दे ग्यार करे कोई इन्हें आगे जो बेगानी कुफ़दे सैयदा दे कुल वाला जी ते तेरे दे जी तेरे अपाद के जय वफा की दी